ਅਗਰ ਸਾਡੀ ਜ਼ਿੰਦਗੀ ਦੇ ਅੰਦਰ ਜਨਾਬੇ ਵਾਲਾ ਤਰੀਕਾ ਕਾਰ ਕੀਏ, ਸਾਰੀ ਰਾਤ ਨਾਰੇ ਲਗਾ ਕੇ ਗਲੀਆਂ ਬਾਜ਼ਾਰਾਂ ਦੇ ਅੰਦਰ ਰਾਤ ਗੁਜ਼ਾਰ ਕੇ, ਸਾਰੀ ਸਾਰੀ ਰਾਤ ਨੂੰ ਵੈਲ ਚਲਾ ਕੇ ਫਜਰ ਦਾ ਟਾਈਮ ਹੋਇਆ ਤੇ ਜਨਾਬੇ ਆਰਾਮ ਕਰਦੇ ਪਿਆ, ਨਾਰੇ ਨਬੀ ਪਾਕ ਦੀ ਮੁਹੱਬਤ ਦਿਲਾਂਦਾ, ਨਾਰੇ ਨਬੀ ਪਾਕ ਦੀ ਨੌਕਰੀ ਦਿਲਾਂਦਾ, ਮੌਸਮ ਸੱਦਾ ਪਿਆ ਮਾਰਦਾ, ਅੱਲਾਹੁ ਅਕਬਰ ਅੱਲਾਹੁ ਅਕਬਰ, ਮੌਸਮ ਅਜ਼ਾਨ ਕਹਿੰਦਾ ਪਿਆ ਤੇ ਆਪਣੇ ਆਪ ਨੂੰ ਦੀਵਾਨਾ ਕਹਿਣ ਵਾਲਾ ਆਰਾਮ ਪਿਆ ਕਰਦਾ, ਫਜਰ ਦਾ ਟਾਈਮ ਆਰਾਮ ਪਿਆ ਕਰਦਾ ਦੀਵਾਨਾ, ਜ਼ੋਹਰ ਦਾ ਟਾਈਮ ਹੋ ਜਾਂਦਾ ਇਹ ਦੁਕਾਨਦਾਰੀਆਂ ਪਿਆ ਕਰਦਾ, ਅਸਰ ਦਾ ਟਾਈਮ ਗਾਹਕਾਂ ਦੀਆਂ ਲੈਣਾਂ ਲੱਗੀਆਂ ਨੇ, ਡੀਲਿੰਗ ਪਿਆ ਕਰਦਾ, ਮਗਰਬ ਦਾ ਟਾਈਮ ਆਪਣੇ ਘਰ ਵਾਲਿਆਂ ਦੇ ਅੰਦਰ ਬੈਠਾ ਹੋਇਆ ਹੈ, ਇਸ਼ਾ ਦਾ ਟਾਈਮ ਯਾਰਾਂ ਤੇ ਸੱਜਣਾਂ ਦੇ ਨਾਲ ਬੇਲੀਆਂ ਦੇ ਨਾਲ ਡੇਰਿਆਂ ਤੇ ਬੈਠੇ, ਚੌਂਕਾਂ ਚ ਖੜਾ ਕ੍ਰਿਕਟ ਮੈਚ ਇੰਜੋਏ ਪਿਆ ਕਰਦਾ, ਨਾਰੇ ਨੇ ਮੈਂ ਹਜ਼ੂਰ ਦਾ ਦੀਵਾਨਾ, ਮੇਰੀ ਫਲਾਂ ਨਾਲ ਨਿਸਬਤ, ਮੈਂ ਫਲਾਂ ਮਸਲਕ ਨਾਲ ਤਾਲੁਕ ਰੱਖਣਾ ਵਾ, ਨਮਾਜ਼ ਦਾ ਪਤਾ ਹੀ ਕੋਈ ਨਹੀਂ, ਜ਼ਿੰਦਗੀ ਦੇ ਅੰਦਰ ਸਭ ਤੋਂ ਪਿੱਛੇ ਰੱਖੀ ਨਮਾਜ਼ ਨੂੰ ਰੱਖੀ, ਘਰਾਂ ਦੇ ਘਰ ਮੁਹੱਲਿਆਂ ਦੇ ਮੁਹੱਲੇ ਇਲਾਕਿਆਂ ਦੇ ਇਲਾਕੇ ਬੇਨਮਾਜ਼ ਨੇ, ਆਓ ਮੈਂ ਜ਼ਰਾ ਦੱਸਦਾ ਜਾਵਾਂ, ਔਰ ਜਿਹੜਾ ਬੰਦਾ ਭਾਵੇਂ ਨਾਰੇ ਜਿੰਨੇ ਮਰਜ਼ੀ ਲਗਾ ਲੈ, ਦਾਵੇ ਜਿੰਨੇ ਮਰਜ਼ੀ ਕਰ ਲੈ ਮੁਹੱਬਤਾਂ ਦੇ, ਔਰ ਸੋਹਣਿਆ ਜੇ ਨਮਾਜ਼ ਨਹੀਂ ਪੜਦਾ ਉਸ ਬੰਦੇ ਦਾ ਤਾਲੁਕ ਕਿਹਦੇ ਨਾਲ ਜੁੜ ਜਾਂਦਾ, ਮੈਂ ਵੀ ਬਾਗ ਦੀ ਹਦੀਸ ਸੁਣਾਵਾਂ, ਮੇਰੇ ਤੇਰੇ ਮੁਰਸ਼ਦ ਬਾਗ ਜਨਾਬੇ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਮੇਰੇ ਆਕਾ ਫਰਮਾਉਂਦੇ ਨੇ, ਫਰਮਾਇਆ ਜਿਹੜਾ ਬੇਨਮਾਜ਼ ਬੰਦਾ ਕੱਲ ਕਿਆਮਤ ਦਾ ਦਿਨ ਹੋਏਗਾ ਰਹਿਮਾਨ ਦੀ ਅਦਾਲਤ ਲੱਗੀ ਹੋਏਗੀ, ਅੱਲਾ ਪਾਕ ਬੇਨਮਾਜ਼ ਬੰਦੇ ਨੂੰ ਫਿਰਾਉਣ ਨਮਰੂਦ ਕਰੂਨ ਦੇ ਨਾਲ ਜੋੜ ਕੇ ਜਹੰਨਮ ਦਾ ਬਾਲਣ ਬਣਾ ਦੇਵੇਗਾ, ਉੱਥੇ ਸੁੱਟਿਆ ਡਾਏਗਾ ਜਿੱਥੇ ਨਮਰੂਦ ਨੂੰ ਸੁੱਟਿਆ ਡਾਏਗਾ, ਉਹ ਜਿੱਥੇ ਫਿਰਾਉਣ ਨੂੰ ਸੁੱਟਿਆ ਡਾਏਗਾ ਉੱਥੇ ਬੇਨਮਾਜ਼ ਨੂੰ ਸੁੱਟਿਆ ਡਾਏਗਾ, ਗੌਰ ਕਰਨਾ ਔਰ ਮੁਹੱਬਤਾਂ ਕਿਵੇਂ ਹੋਇਆ, ਔਰ ਜਵਾਨੋ ਕੰਨ ਲਾ ਕੇ ਸੁਣਿਆ ਨੇ, ਔਰ ਸੋਹਣਿਆ ਔਰ ਮੋਬਾਈਲ ਦੇ ਚੱਕਰਾਂ ਚ ਨਮਾਜ਼ਾਂ ਛੱਡ ਦਿੰਦੇ ਆ, ਸੱਜਣਾਂ ਦੇ ਚੱਕਰਾਂ ਚ ਨਮਾਜ਼ਾਂ ਛੱਡ ਦਿੰਦੇ ਆ, ਔਰ ਮੈਚਾਂ ਕ੍ਰਿਕਟਾਂ ਖੇਲਾਂ ਹਾਕੀ ਕ੍ਰਿਕਟ ਟੀਵੀ VCR ਔਰ ਸਿਆਸਤ ਦੇ ਚੱਕਰਾਂ ਦੇ ਅੰਦਰ ਨਮਾਜ਼ਾਂ ਛੱਡ ਦਿੰਦੇ।